ਵੀ ਵਾਂਟ ਖਾਲਿਸਤਾਨ, ਸਾਨੂੰ ਖਾਲਿਸਤਾਨ ਚਾਹੀਦਾ ਹੈ ਤੇ ਬਹੁਤ ਹੀ ਜ਼ਰੂਰੀ ਹੈ। ਜੇਕਰ 2% ਜਿਸ ਦਿਨ ਹਿੱਲ ਗਏ ਉਸ ਦਿਨ ਪੂਰੀ ਦੁਨੀਆ ਹਿਲਾ ਕੇ ਰੱਖ ਦਾਂਗੇ। ਮੈਂ ਖੁੱਲ੍ਹਾ ਚੈਲੰਜ ਦਿੰਦਾ ਕਿਸੇ ਵੀ ਪੁਲਿਸ ਵਾਲੇ ਨੂੰ, ਜੇ ਜ਼ਿਆਦਾ ਗਰਮੀ ਹੈ ਤੇ ਮੇਰੇ ਨਾਲ ਸਿੱਧੀ ਟੱਕਰ ਲੈ ਕੇ ਦਿਖਾ। ਆਸਮਾਨ ਨੂੰ ਤੁਸੀਂ ਛੂਹ ਲਿਆ ਲੇਕਿਨ ਧਰਤੀ ਦੇ ਥੱਲੇ ਜਾਣ ਨੂੰ ਤੁਹਾਨੂੰ ਕੋਈ ਯੰਤਰ ਨਹੀਂ ਮਿਲਿਆ। ਦਿੱਲੀ ਵਿੱਚ ਪੁਲਿਸ ਵੱਲੋਂ ਸਿੱਖ ਵਿਅਕਤੀ ਦੀ ਕੁੱਟਮਾਰ ਦਾ ਮਾਮਲਾ ਲਗਾਤਾਰ ਗਰਮਾਉਂਦਾ ਜਾ ਰਿਹਾ ਹੈ। ਇੱਕ ਪਾਸੇ ਜਿੱਥੇ ਸਿੱਖ ਜਥੇਬੰਦੀਆਂ, ਸ਼੍ਰੋਮਣੀ ਕਮੇਟੀ ਅਤੇ ਦਿੱਲੀ ਕਮੇਟੀ ਸਣੇ ਹੋਰਨਾਂ ਜਥੇਬੰਦੀਆਂ ਨੇ ਦਿੱਲੀ ਪੁਲਿਸ ਖਿਲਾਫ ਮੋਰਚਾ ਖੋਲ੍ਹ ਦਿੱਤਾ, ਉੱਥੇ ਹੀ ਹੁਣ ਇਸ ਮਾਮਲੇ ਵਿੱਚ ਦੇਸ਼ਾਂ ਵਿਦੇਸ਼ਾਂ ਤੋਂ ਸਿੱਖਾਂ ਦੇ ਵੱਖੋ ਵੱਖਰੇ ਬਿਆਨ ਆਉਣੇ ਸ਼ੁਰੂ ਹੋ ਗਏ ਨੇ। ਸਿੱਖ ਜਿੱਥੇ ਇੱਕ ਪਾਸੇ ਸੋਸ਼ਲ ਮੀਡੀਆ 'ਤੇ ਵੀਡੀਓ ਪਾ ਕੇ ਪੁਲਿਸ ਨੂੰ ਸਿੱਧਾ ਟੱਕਰਨ ਲਈ ਵਿਗਾੜ ਰਹੇ ਨੇ, ਉੱਥੇ ਹੀ ਕੇਂਦਰ ਦੀ ਮੋਦੀ ਸਰਕਾਰ ਤੋਂ ਇਹਨਾਂ ਪੁਲਿਸ ਵਾਲਿਆਂ ਖਿਲਾਫ਼ ਕਾਨੂੰਨੀ ਕਾਰਵਾਈ ਦੀ ਮੰਗ ਵੀ ਕਰ ਰਹੇ ਨੇ। ਪੰਜਾਬੀ ਗਾਇਕਾ ਅਨਮੋਲ ਗਗਨ ਮਾਨ ਤੋਂ ਬਾਅਦ ਹੁਣ ਭਾਰਤੀ ਆਰਮੀ ਦੇ ਜਵਾਨ ਸਤਵੀਰ ਸਿੰਘ ਦਾ ਵੀਡੀਓ ਸਾਹਮਣੇ ਆਇਆ, ਜੋ ਕਿ ਖੁਦ ਨੂੰ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਦੱਸ ਰਿਹਾ ਅਤੇ ਸਿੱਖ ਵਿਅਕਤੀ ਦੀ ਕੁੱਟਮਾਰ ਲਈ ਪੁਲਿਸ ਨੂੰ ਖੂਬ ਲਾਨਤਾਂ ਪਾ ਰਿਹਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸਤਵੀਰ ਸਿੰਘ, ਇੰਡੀਅਨ ਆਰਮੀ ਦਾ ਸੋਲਜਰ, ਪੀਲੀਭੀਤ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹਾਂ। ਇਹ ਮੈਂ ਵੀਡੀਓ ਤਾਂ ਬਣਾ ਰਿਹਾ, ਤੁਸੀਂ ਦੇਖਿਆ ਹੋਊਗਾ 2 ਦਿਨ ਹੋ ਗਏ ਇੱਕ ਵੀਡੀਓ ਸਾਹਮਣੇ ਆਇਆ, ਇੱਕ ਸਿੱਖ ਆਟੋ ਡਰਾਈਵਰ ਨੂੰ ਦਿੱਲੀ ਪੁਲਿਸ ਨੇ ਬੜੀ ਬੇਰਹਿਮੀ ਨਾਲ ਕੁੱਟਿਆ ਅਤੇ ਸਾਡੀ ਧਾਰਮਿਕ ਭਾਵਨਾ ਨਾਲ ਖੇਲਿਆ। ਉਹਨਾਂ ਦੀ ਪੱਗ ਪੈਰਾਂ ਵਿੱਚ ਰੋਲੀ ਆ, ਉਹਨਾਂ ਦੇ ਸਿਰ ਦੇ ਉੱਤੇ ਲੱਤਾਂ ਮਾਰੀਆਂ ਹਨ। ਇਹ ਬਹੁਤ ਹੀ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। ਜਿਹੜੇ ਸਿੱਖ ਇਸ ਹਿੰਦੁਸਤਾਨ ਦੀ ਆਜ਼ਾਦੀ ਲਈ ਲੜਦੇ ਰਹੇ, ਇਸ ਹਿੰਦੁਸਤਾਨ ਨੂੰ ਬਚਾਉਂਦੇ ਰਹੇ, ਉਹੀ ਸਿੱਖਾਂ ਦੀ ਅੱਜ ਪੱਗ ਤੁਸੀਂ ਦਿੱਲੀ ਵਿੱਚ ਰਾਜਧਾਨੀ ਦੇ ਵਿੱਚ ਰੋਲ ਰਹੇ ਹੋ। ਬਹੁਤ ਹੀ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। ਕੀ ਮੈਂ ਇਹ ਮੰਨ ਸਕਦਾ ਹਾਂ ਕਿ ਇੰਡੀਆ ਦੇ ਵਿੱਚ ਸਿੱਖ ਸੇਫ ਨਹੀਂ ਹੈ? ਇਹ ਇੱਕ ਘਟਨਾ ਨਹੀਂ, ਬਹੁਤ ਹੋ ਚੁੱਕੀਆਂ ਆ ਤੇ ਇਹ ਪੁਲਿਸ ਵਾਲਿਆਂ ਦੀ ਗੁੰਡਾਗਿਰਦੀ ਹੈ। ਤੇ ਮੈਂ ਬਹੁਤ ਧੰਨਵਾਦੀ ਹਾਂ ਸਿੱਖ ਸੰਗਤ ਦਾ, ਦਿੱਲੀ ਸਿੱਖ ਸੰਗਤ ਦਾ, ਜੋ ਇਹਨਾਂ ਨੇ ਸਰਬਜੀਤ ਅਤੇ ਬਲਵੰਤ ਸਿੰਘ ਦੇ ਨਾਮ ਖੜੇ ਹੋਏ ਆ। ਮੈਂ ਬਹੁਤ ਧੰਨਵਾਦ ਕਰਦਾ ਹਾਂ ਕਿ ਉਹਨਾਂ ਨੇ ਦਿਖਾਇਆ ਅਸੀਂ ਦੂਰ ਦੂਰ ਨਹੀਂ ਹਾਂ, ਅਸੀਂ ਅਲੱਗ ਨਹੀਂ ਹਾਂ, ਅਸੀਂ ਇੱਕ ਹੀ ਹਾਂ। ਦੁਨੀਆ ਕਹਿ ਰਹੀ ਹੈ ਕਿ ਸਿੱਖਾਂ ਵਿੱਚ ਫੁੱਟ ਪੈ ਗਈ ਹੈ, ਸਿੱਖਾਂ ਵਿੱਚ ਫੁੱਟ ਪੈ ਗਈ ਹੈ, ਲੇਕਿਨ ਨਹੀਂ, ਇਸ ਘਟਨਾ ਨੇ ਸਾਹਮਣੇ ਲਿਆ ਦਿੱਤਾ ਆ ਕਿ ਸਿੱਖ ਅਜੇ ਵੀ ਜੁੜੇ ਹੋਏ ਨੇ। ਸਿੱਖ ਕਿਉਂ ਆਪਣਾ ਘਰ ਮੰਗਦਾ ਹੈ? ਇਸੇ ਲਈ ਆਪਣਾ ਘਰ ਮੰਗਦਾ ਹੈ ਕਿ ਉਹ ਇੰਡੀਆ ਵਿੱਚ ਸੇਫ ਨਹੀਂ ਹੈ। ਵੀ ਵਾਂਟ ਖਾਲਿਸਤਾਨ, ਸਾਨੂੰ ਖਾਲਿਸਤਾਨ ਚਾਹੀਦਾ ਹੈ ਤੇ ਬਹੁਤ ਹੀ ਜ਼ਰੂਰੀ ਹੈ, ਕਿਉਂਕਿ ਇਹੋ ਜਿਹੀਆਂ ਘਟਨਾ ਸਾਹਮਣੇ ਆਉਂਦੀਆਂ ਰਹਿਣਗੀਆਂ। ਅੱਜ ਇੱਕ ਸਿੱਖ ਨੂੰ ਫੜਿਆ ਆ, ਕੱਲ੍ਹ ਨੂੰ ਕਿਸੇ ਹੋਰ ਨੂੰ ਫੜਨਗੇ, ਪਰਸੋਂ ਕਿਸੇ ਹੋਰ ਨੂੰ ਫੜਨਗੇ, ਹੋਰ 2-4 ਦਿਨਾਂ ਨੂੰ ਕੋਈ ਹੋਰ ਕੇਸ ਸਾਹਮਣੇ ਆਊਗਾ। ਇਸ ਤੋਂ ਵਧੀਆ ਕਿਉਂ ਨਾ ਪਹਿਲਾਂ ਹੀ ਠੱਲ ਪਾਈ ਜਾਵੇ ਇਹੋ ਜਿਹੇ ਬੇਗੈਰਤ ਬੰਦਿਆਂ ਨਾਲ, ਬੰਦਿਆਂ ਦੇ ਉੱਪਰ ਕਾਰਵਾਈ ਕੀਤੀ ਜਾਵੇ ਤੇ ਇਹਨਾਂ ਨੂੰ ਇਨਸਾਫ ਦਿਲਾਇਆ ਜਾਵੇ। 2 ਲਾਈਨਾਂ ਲਿਖੀਆਂ, ਯਾਦ ਕਰੋ ਚਾਂਦਨੀ ਚੌਂਕ ਕੋ, ਗੁਰੂ ਤੇਗ ਬਹਾਦਰ ਬੁਲਾ ਰਹਾ ਹੈ, ਜਿਨਕੇ ਜ਼ਬਰਦਸਤੀ ਹਮਨੇ ਜਨੇਊ ਨਹੀਂ ਉਤਰਨੇ ਦੀਏ, ਆਜ ਵੋ ਹਮਾਰੀ ਪਗੜੀ ਉਤਾਰ ਰਹਾ ਹੈ। ਸ਼ਰਮ ਕਰੋ, ਤੁਹਾਡਾ ਧਰਮ ਬਚਾਉਣ ਲਈ ਗੁਰੂ ਤੇਗ ਬਹਾਦਰ ਨੇ ਆਪਣਾ ਬਲਿਦਾਨ ਦਿੱਤਾ ਸੀਗਾ, ਠੀਕ ਹੈ, ਤਾਂ ਤੁਸੀਂ ਅੱਜ ਬਚੇ ਹੋ ਤੇ ਅੱਜ ਤੁਸੀਂ ਉਸੇ ਹੀ ਦਿੱਲੀ ਵਿੱਚ ਸਾਡੀਆਂ ਪੱਗਾਂ ਰੋਲ ਲਏ ਹੋ। ਕੀ ਪੇਸ਼ ਕਰਨਾ ਚਾਹੁੰਦੇ ਹੋ ਕਿ ਅਸੀਂ 2% ਸਾਡੇ ਨਾਲ ਧੱਕਾ ਹੋ ਜਾਊਗਾ? ਧੱਕਾ ਨਹੀਂ ਹੋਣ ਦਿੰਦੇ ਅਸੀਂ। ਜੇਕਰ 2% ਜਿਸ ਦਿਨ ਹਿੱਲ ਗਏ ਉਸ ਦਿਨ ਪੂਰੀ ਦੁਨੀਆ ਹਿਲਾ ਕੇ ਰੱਖ ਦਾਂਗੇ, ਉਸ ਦਿਨ ਪੂਰੀ ਦੁਨੀਆ ਹਿਲਾ ਕੇ ਰੱਖ ਦਾਂਗੇ, ਯਾਦ ਰੱਖਿਓ। ਇਸ ਦੇ ਨਾਲ ਹੀ ਫੌਜੀ ਜਵਾਨ ਨੇ ਫਤਿਹਵੀਰ ਦੀ ਮੌਤ ਨੂੰ ਲੈ ਕੇ ਵੀ ਸਰਕਾਰ ਨੂੰ ਖੂਬ ਲਾਨਤਾਂ ਪਾਈਆਂ ਨੇ। ਸਤਵੀਰ ਨੇ ਸਿੱਖ ਡਰਾਈਵਰ ਤੇ ਹਮਲਾ ਕਰਨ ਵਾਲਿਆਂ ਨੂੰ
ਸਿੱਧਾ ਟੱਕਰਨ ਦੀ ਚੇਤਾਵਨੀ ਵੀ ਦਿੱਤੀ ਹੈ। ਕਹਿੰਦੇ ਆ ਕਿ ਸਭ ਤੋਂ ਵੱਡਾ ਸਟੈਚੂ ਇੰਡੀਆ ਵਿੱਚ ਆ। ਠੀਕ ਹੈ, ਤਰੱਕੀ ਕਰ ਗਿਆ ਇੰਡੀਆ, ਬਹੁਤ ਵੱਡਾ ਸਟੈਚੂ ਬਣਾ ਗਿਆ, ਲੇਕਿਨ ਤੁਹਾਡੇ ਕੋਲ ਫਤਿਹਵੀਰ ਨੂੰ ਬਚਾਉਣ ਲਈ ਸਾਧਨ ਸੀਗੇ? ਕੋਈ ਸਾਧਨ ਨਹੀਂ ਸੀਗਾ ਤੁਹਾਡੇ ਕੋਲ। ਤੁਸੀਂ ਵੱਡੀਆਂ ਵੱਡੀਆਂ ਗੱਲਾਂ ਮਾਰਦੇ ਹੋ, ਅਸੀਂ ਇਹ ਕਰ ਦਾਂਗੇ, ਅਸੀਂ ਪਾਕਿਸਤਾਨ ਨੂੰ ਪਿੱਛੇ ਧੱਕ ਦਾਂਗੇ, ਅਸੀਂ ਚਾਈਨਾ ਨੂੰ। ਠੀਕ ਹੈ, ਵਧੀਆ ਗੱਲ ਹੈ, ਪਾਕਿਸਤਾਨ ਨੂੰ ਪਿੱਛੇ ਧੱਕੋ, ਚਾਈਨਾ ਨੂੰ ਪਿੱਛੇ ਧੱਕੋ, ਬਹੁਤ ਵਧੀਆ ਹੈ। ਲੇਕਿਨ ਨਹੀਂ, ਇਸ ਫੀਲਡ ਵਿੱਚ ਵੀ ਕੁਛ ਦੇਖੋ ਨਾ, ਕਿ ਜੇਕਰ ਤੁਸੀਂ 3000 ਕਰੋੜ ਰੁਪਈਆ ਲਗਾ ਕੇ ਐਡੀ ਵੱਡੀ ਮੂਰਤੀ ਬਣਾਤੀ, ਜਿਹਦੀ ਕਿ ਹਾਈਟ ਆਈ ਥਿੰਕ 597 ਫਿੱਟ, ਆਸਮਾਨ ਨੂੰ ਤੁਸੀਂ ਛੂ ਲਿਆ, ਲੇਕਿਨ ਧਰਤੀ ਦੇ ਥੱਲੇ ਜਾਣ ਨੂੰ ਤੁਹਾਨੂੰ ਕੋਈ ਯੰਤਰ ਨਹੀਂ ਮਿਲਿਆ ਕਿ ਫਤਿਹਵੀਰ ਨੂੰ ਬਚਾਇਆ ਜਾ ਸਕੇ। ਪੰਜ ਦਿਨ ਤੱਕ ਤੁਹਾਡੀ ਸੰਸਥਾਵਾਂ ਲੱਗੀਆਂ ਰਹੀਆਂ, ਲੇਕਿਨ ਨਹੀਂ, ਕੋਈ ਤੁਹਾਡੇ ਕੋਲ ਉਪਾਅ ਨਹੀਂ ਹੈ। ਛੋਟੇ ਛੋਟੇ ਬੱਚੀਆਂ ਦਾ ਰੇਪ ਹੋ ਰਿਹਾ, ਕੀ ਤੁਸੀਂ ਕੀ ਸਾਬਤ ਕੀ ਕਰਨਾ ਚਾਹੁੰਦੇ ਹੋ? ਤੁਸੀਂ ਕਹਿੰਦੇ ਹੋ ਕਿ ਇੰਡੀਆ ਬਹੁਤ ਅੱਗੇ ਚਲਾ ਗਿਆ, ਇੰਡੀਆ ਬਹੁਤ ਫਾਰਵਰਡ ਹੋ ਗਿਆ। ਕੀ ਇੰਡੀਆ ਫਾਰਵਰਡ ਹੋ ਗਿਆ? ਇਹੀ ਫਾਰਵਰਡ ਹੋਇਆ ਕਿ ਕੱਲ ਨੂੰ ਦਾਮਨੀ ਕੇਸ ਤੁਸੀਂ ਸੁਣਿਆ ਹੀ ਹੋਗਾ, ਸਾਰੇ ਜਿਹਨੇ ਉਹਦੇ ਨਾਲ ਵਾਕਫ ਹੋ, ਉਸ ਤੋਂ ਬਾਅਦ ਛੋਟੀ ਛੋਟੀ ਬੱਚੀਆਂ ਨਾਲ ਰੇਪ ਹੋਣ ਲੱਗ ਪਿਆ। ਕੀ ਤੁਸੀਂ ਇਹ ਪ੍ਰੋਗਰੈਸ ਕੀਤੀ? ਕੀ ਪ੍ਰੋਗਰੈਸ ਕੀਤੀ ਹੈ ਤੁਸੀਂ ਇਹ ਦੱਸੋ? ਕੋਈ ਪ੍ਰੋਗਰੈਸ ਨਹੀਂ ਹੋਈ ਇੰਡੀਆ ਵਿੱਚ, ਸਿਰਫ ਸਾਨੂੰ ਬੇਵਕੂਫ ਬਣਾਇਆ ਗਿਆ, ਧਰਮ ਦੇ ਨਾਂ ਤੇ ਵੋਟਾਂ ਮੰਗੀਆਂ ਗਈਆਂ, ਇਹ ਇਲੈਕਸ਼ਨ ਧਰਮ ਦੇ ਨਾਮ ਤੇ ਹੋਇਆ ਤੇ ਧਰਮ ਦੇ ਨਾਂ ਤੇ ਵੋਟਾਂ ਪਈਆਂ ਨੇ। ਕਿਸੇ ਨੇ ਨਹੀਂ ਦੇਖਿਆ ਸਾਹਮਣੇ ਕੌਣ ਸੀਗਾ ਕੌਣ ਨਹੀਂ, ਸਿਰਫ ਵੋਟਾਂ ਪਾਈਆਂ, ਕੰਮ ਖਤਮ। ਚਲੋ ਕੋਈ ਗੱਲ ਨਹੀਂ, ਮੈਂ ਪੁਲਿਸ ਵਾਲਿਆਂ ਨੂੰ ਕਹਿੰਦਾ ਕਿ ਵਰਦੀ ਚ ਇੰਨਾ ਹੀ ਜੋਸ਼ ਹੈ ਤੇ ਸਿੱਖਾਂ ਤੇ ਨਾ ਅਜਮਾਓ, ਸਿੱਖਾਂ ਤੇ ਨਾ ਅਜਮਾਓ। ਜਿੱਦਣ ਸਿੱਖ ਭਟਕ ਗਏ ਨਾ ਬੱਚੇ, ਬਹੁਤ ਔਖਾ ਹੋਊਗਾ, ਬਹੁਤ ਔਖਾ ਹੋਊਗਾ। ਮੈਂ ਖੁੱਲਾ ਚੈਲੰਜ ਦਿੰਦਾ ਕਿਸੇ ਵੀ ਪੁਲਿਸ ਵਾਲੇ ਨੂੰ, ਜੇ ਜ਼ਿਆਦਾ ਗਰਮੀ ਹੈ ਤੇ ਮੇਰੇ ਨਾਲ ਸਿੱਧੀ ਟੱਕਰ ਲੈ ਕੇ ਦਿਖਾਵੇ। ਮੇਰਾ ਨੰਬਰ ਨੋਟ ਕਰ ਸਕਦੇ ਹੋ, ਜਿਸ ਕਿਸੇ ਪੁਲਿਸ ਵਾਲੇ ਨੇ ਮੇਰੇ ਨਾਲ ਮਤਲਬ ਗਰਮੀ ਦਿਖਾਉਣੀ ਚਾਹੁੰਦਾ ਹੈ ਆਪਣੀ, ਕਿ ਹਾਂ ਵੀ ਮੇਰੇ ਵਿੱਚ ਗਰਮੀ ਹੈ, ਆ ਕੇ ਮੇਰੇ ਨਾਲ ਟੱਕਰੋ। ਨੰਬਰ ਨੋਟ ਕਰ ਸਕਦਾ 7319030835। ਅਗਰ ਇਹ ਨੰਬਰ ਨਹੀਂ ਲੱਗਦਾ, ਇੱਕ ਹੋਰ ਹੈ 9411885388। ਇਹ ਨੰਬਰਾਂ ਤੇ ਮੇਰੇ ਨਾਲ ਸੰਪਰਕ ਕਰ ਸਕਦਾ ਕੋਈ ਵੀ ਪੁਲਿਸ ਵਾਲਾ। ਮੈਂ ਘਰੇ ਹੀ ਹਾਂ, ਮਿਲੂੰਗਾ, ਜਿੱਥੇ ਕਹੋਗੇ ਉੱਥੇ ਆਊਂਗਾ ਵੀ, ਲੇਕਿਨ ਸਿੱਖਾਂ ਨੂੰ ਨਾ ਪਰਖੋ। ਅਗਰ ਸਿੱਖ ਭਟਕ ਗਏ ਬੱਚੇ, ਬਹੁਤ ਔਖੇ ਹੋਵੋਗੇ ਤੁਸੀਂ, ਬਹੁਤ ਔਖੇ ਹੋਵੋਗੇ, ਬਹੁਤ ਗਲਤ ਗੱਲ ਹੈ ਤੁਹਾਡੇ ਲਈ। ਮੈਂ ਧੰਨਵਾਦ ਕਰਦਾ ਫਿਰ ਸਿੱਖ ਸੰਗਤ ਦਾ, ਜਿਹੜੇ ਵੀਰਾਂ ਨਾਲ ਖੜੇ ਹੋਏ ਆ, ਡਟ ਕੇ ਖੜੇ ਰਹੋ। ਜੇਕਰ ਦਾਸ ਦੀ ਜ਼ਰੂਰਤ ਪਵੇ ਤੇ ਦਾਸ ਵੀ ਇਸ ਮੁਹਿੰਮ ਵਿੱਚ ਆਉਣ ਲਈ ਆਪਣਾ ਸੁਭਾਗ ਸਮਝੇਗਾ। ਇੰਨੀਆਂ ਗੱਲਾਂ ਕਹਿੰਦਾ ਹੋਇਆ ਮੈਂ ਸਪੀਚ ਆਪਣੀ ਨੂੰ ਸਮਾਪਤੀ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੱਸ ਦਈਏ ਕਿ ਬੀਤੇ ਦਿਨੀ ਸੋਸ਼ਲ ਮੀਡੀਆ ਤੇ ਦਿੱਲੀ ਵਿੱਚ ਇੱਕ ਸਿੱਖ ਡਰਾਈਵਰ ਅਤੇ ਉਸਦੇ ਬੇਟੇ ਨਾਲ ਕੁੱਟਮਾਰ ਕਰਨ ਦੀ ਵੀਡੀਓ ਵਾਇਰਲ ਹੋਈ ਸੀ, ਜਿਸ ਤੋਂ ਬਾਅਦ ਮਾਮਲਾ ਪੂਰੀ ਤਰ੍ਹਾਂ ਗਰਮਾ ਗਿਆ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਸਣੇ ਹੋਰਨਾਂ ਕਈ ਵੱਡੇ ਆਗੂਆਂ ਨੇ ਥਾਣੇ ਦਾ ਘਿਰਾਓ ਕੀਤਾ, ਜਿਸ ਤੋਂ ਬਾਅਦ ਪੁਲਿਸ ਨੂੰ ਮਜਬੂਰਨ 2 ਪੁਲਿਸ ਅਧਿਕਾਰੀਆਂ ਨੂੰ ਸਸਪੈਂਡ ਕਰਨਾ ਪਿਆ ਸੀ। ਪਰ ਇਸਦੇ ਬਾਵਜੂਦ ਵੀ ਹੁਣ ਸਿੱਖ ਸੰਗਤਾਂ ਸਾਰੇ ਦੋਸ਼ੀ ਪੁਲਿਸ ਅਧਿਕਾਰੀਆਂ ਖਿਲਾਫ਼ ਮਾਮਲਾ ਚਲਾਉਣ ਦੀ ਮੰਗ ਕਰ ਰਹੀਆਂ ਨੇ। ਬਿਊਰੋ ਰਿਪੋਰਟ, ਪੰਜਾਬੀ ਲੋਕ ਚੈਨਲ।